ਅੱਜ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦੇ ਬੈਨਰ ਹੇਠ ਪੰਜਾਬ ਦੀਆਂ ਤਿੰਨ ਸਿਰਮੌਰ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ, ਤਿੰਨਾਂ ਦੀ ਬੜੀ ਅਹਿਮ ਮੀਟਿੰਗ ਪੰਜਾਬ ਦੇ 2 ਲੱਖ ਕਰਮਚਾਰੀ ਜਿਹੜੇ NPS ਤੋਂ ਪੀੜਿਤ ਨੇ ਉਹਨਾਂ ਦੇ ਭਵਿੱਖ ਨੂੰ ਲੈ ਕੇ ਹੋਈ ਹੈ। ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਸਮੇਂ 'ਚ ਜਿਵੇਂ ਪੰਜਾਬ ਸਰਕਾਰ ਨੇ ਡੰਗ ਟਪਾਉਣ ਨੀਤੀ ਅਪਣਾਈ ਹੋਈ ਹੈ, ਲਗਾਤਾਰ 1.25 ਸਾਲ ਬੀਤ ਜਾਣ ਬਾਅਦ ਵੀ ਪੰਜਾਬ ਦੇ ਕਿਸੇ ਇੱਕ ਕਰਮਚਾਰੀ ਨੂੰ ਵੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਪ੍ਰਾਪਤ ਨਹੀਂ ਹੋਈ। ਉਸ ਦੇ ਰੋਸ ਵਜੋਂ ਵੱਡੇ ਪ੍ਰੋਗਰਾਮ ਲਿਖੇ ਗਏ ਨੇ 10-11 ਫਰਵਰੀ ਨੂੰ ਜ਼ਿਲ੍ਹੇ ਪੱਧਰ ਦੀਆਂ ਮੀਟਿੰਗਾਂ ਹੋਣਗੀਆਂ ਅਤੇ 25 ਫਰਵਰੀ ਨੂੰ ਬਹੁਤ ਵੱਡੀ ਰੈਲੀ ਜਿਹੜੀ ਸੰਗਰੂਰ ਹੋਣ ਜਾ ਰਹੀ ਹੈ ਇਸ ਸਾਂਝੇ ਮੋਰਚੇ ਦੇ ਬੈਨਰ ਹੇਠ। ਸੋ ਅਸੀਂ ਪੰਜਾਬ ਦੇ ਸਮੂਹ ਤਿੰਨੇ ਕਨਵੀਨਰ, ਪੰਜਾਬ ਦੇ ਸਮੂਹ 2 ਲੱਖ ਮੁਲਾਜ਼ਮਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਸ ਰੈਲੀ ਵਿੱਚ ਹੁੰਮਾ ਕੇ ਪਹੁੰਚੋ ਅਤੇ ਨਾਲ ਹੀ ਮੇਰੀ ਅਪੀਲ ਹੈ ਸਾਡੇ ਛੋਟੇ ਵੀਰ ਜਿਹੜੇ CPF ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਜੀ ਉਹਨਾਂ ਨੂੰ ਕਿ 3 ਜਥੇਬੰਦੀਆਂ ਇਕੱਠੀਆਂ ਹੋ ਗਈਆਂ, ਅਸੀਂ ਤੁਹਾਨੂੰ ਪਹਿਲਾਂ ਵੀ ਅਪੀਲ ਕੀਤੀ ਸੀ, ਅੱਜ ਫਿਰ ਅਪੀਲ ਅਸੀਂ ਤਿੰਨੋਂ ਕਨਵੀਨਰ ਮਿਲ ਕੇ ਕਰਦੇ ਹਾਂ ਕਿ ਆਓ ਮਿਲ ਕੇ ਇਸ ਤਾਨਾਸ਼ਾਹੀ ਤੇ ਡੰਗ ਟਪਾਓ ਨੀਤੀ ਵਾਲੀ ਮਾਨ ਸਰਕਾਰ ਨੂੰ ਭਾਲ ਪਾਈਏ ਤੇ ਮਿਲ ਕੇ ਹੱਥ ਨਾਲ ਹੱਥ ਜੋੜ ਕੇ ਲੋਕਾਂ ਦੀ ਔਰ ਸਾਡੀ ਬੁਢਾਪੇ ਦੀ ਡਬੋਰੀ ਜਿਹੜੀ ਸਾਡੀ ਸਮਾਜਿਕ ਸੁਰੱਖਿਆ ਉਹਨੂੰ ਪ੍ਰਾਪਤੀ ਕਰਨ ਵੱਲ ਨੂੰ ਵਧੀਏ। ਸੋ ਮੈਂ ਹੁਣ ਬੇਨਤੀ ਕਰਾਂਗਾ ਸਾਡੇ ਟੈਬ ਸਿੰਘ ਸਰਾਭਾ ਜੀ। ਪੰਜਾਬ ਦੇ NPS ਨਾਲ ਸੰਬੰਧਿਤ ਬਹੁਤ ਹੀ ਸਤਿਕਾਰਯੋਗ ਮੁਲਾਜ਼ਮ ਸਾਥੀਓ, ਜਿਸ ਤਰ੍ਹਾਂ ਕਿ ਸਾਥੀ ਤਲਵਾੜਾ ਜੀ ਨੇ ਤੁਹਾਨੂੰ ਸਾਰੀ ਗੱਲ ਦੱਸੀ ਆ ਕਿ ਪੰਜਾਬ ਦੇ ਵਿੱਚ ਅੱਜ NPS ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਦੇ ਲਈ ਪੰਜਾਬ ਦੀਆਂ NPS ਨਾਲ ਸੰਬੰਧਿਤ ਲੜ ਰਹੀਆਂ ਤਿੰਨ ਸਿਰਮੌਰ ਜਥੇਬੰਦੀਆਂ ਜਿਹੜੀਆਂ ਇੱਕ ਸਾਂਝੇ ਪਲੈਟਫਾਰਮ 'ਤੇ ਇਕੱਠੀਆਂ ਹੋਈਆਂ ਨੇ। ਸੋ ਮੁਲਾਜ਼ਮ ਸਾਥੀਓ, ਜਿਵੇਂ ਕਿ 10-11 ਨੂੰ ਜ਼ਿਲ੍ਹਾ ਪੱਧਰ 'ਤੇ ਆਪਾਂ ਮੀਟਿੰਗਾਂ ਕਰਨੀਆਂ ਨੇ ਪੰਜਾਬ ਸਰਕਾਰ ਤੋਂ NPS ਜਿਹੜੀ ਬਿਮਾਰੀ ਆ ਉਹਨੂੰ ਖਤਮ ਕਰਾਉਣ ਦੇ ਲਈ ਔਰ GPF ਖਾਤੇ ਖੁਲਵਾ ਕੇ 1972 ਦੇ ਜਿਹੜੇ ਪੈਨਸ਼ਨ ਰਿਜਮ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਆਪਾਂ 25 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਦੇ ਵਿੱਚ ਉੱਥੇ ਜਾ ਰਹੇ ਹਾਂ, ਇਲਾਕੇ 'ਚ ਜਾ ਰਹੇ ਹਾਂ ਔਰ ਸਾਰੇ ਭੈਣਾਂ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਵੀ ਅੱਜ ਸਾਂਝਾ ਪਲੈਟਫਾਰਮ ਬਣ ਗਿਆ ਔਰ ਇਸ ਵਿੱਚ ਸਾਰੇ ਸਾਥੀ ਪੂਰੇ ਤਨ ਮਨ ਧਨ ਦੇ ਨਾਲ ਪਹੁੰਚੋ ਤਾਂ ਜੋ ਪੁਰਾਣੀ ਪੈਨਸ਼ਨ ਦੀ ਜਿਹੜੀ ਇਹ ਬਿਮਾਰੀ ਹੈ ਇਸ ਤੋਂ ਆਪਾਂ ਛੁਟਕਾਰਾ ਪਾ ਸਕੀਏ। ਅੱਜ ਇਸ ਤਰ੍ਹਾਂ ਦੀ ਕੰਡੀਸ਼ਨ 'ਤੇ ਆਪਾਂ ਖੜੇ ਹਾਂ ਕਿ 2024 ਦੀ ਜਿਹੜੀ ਪਾਰਲੀਮੈਂਟਰੀ ਇਲੈਕਸ਼ਨ ਆ ਜਿਹੜੀ ਉਹ ਸਿਰ 'ਤੇ ਆ, ਮਾਨ ਸਰਕਾਰ ਵੱਲੋਂ 1 ਸਾਲ ਹੋ ਗਿਆ, 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਪੰਜਾਬ ਦੇ 1 ਵੀ ਮੁਲਾਜ਼ਮ ਦਾ GPF ਖਾਤਾ ਨਹੀਂ ਖੋਲਿਆ। ਸੋ ਆਪਾਂ ਇਸ ਧੋਖੇ ਨੂੰ ਸਮਝੀਏ ਔਰ ਪੰਜਾਬ ਦੀ ਜਿਹੜੀ ਮਾਨ ਸਰਕਾਰ ਉਹਦੇ ਨੱਕ ਦੇ ਵਿੱਚ ਘੁੰਮਾ ਲਿਆ ਦੀਏ ਔਰ ਤਿੱਖਾ ਸੰਘਰਸ਼ ਆ ਜਿਹੜਾ ਆਪਾਂ 25 ਫਰਵਰੀ ਨੂੰ ਦੇ ਰਹੇ ਹਾਂ। ਸੋ ਬੇਨਤੀ ਆ ਵੀ ਸਾਰੇ ਸਾਥੀ ਇਸ ਨਾਲ ਰੈਲੀਆਂ 'ਚ ਇਹਨਾਂ ਐਕਸ਼ਨਾਂ 'ਚ ਵੱਧ ਚੜ ਕੇ ਹਿੱਸਾ ਲਓ ਅਤੇ ਅਕਸਰ ਬੇਨਤੀ ਕਰੂੰਗਾ ਸਾਥੀ ਜਤਿੰਦਰਪਾਲ ਜੀ ਨੂੰ, ਉਹ ਤੁਹਾਡੇ ਨਾਲ ਗੱਲ ਰੱਖਣਗੇ। ਪੰਜਾਬ ਦੇ ਸਮੂਹ NPS ਮੁਲਾਜ਼ਮਾਂ ਦੀ ਇੱਕ ਲੰਮੇ ਸਮੇਂ ਤੋਂ ਇੱਕ ਮੰਗ ਰਹੀ ਹੈ ਕਿ ਸਾਡੀ ਇੱਕੋ ਇੱਕ ਮੰਗ ਹੈ ਕਿ NPS ਖਤਮ ਹੋਵੇ ਅਤੇ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਮੁੜ ਕੇ ਲਾਗੂ ਹੋਵੇ। ਤੁਹਾਡੀ ਇਸ ਮੰਗ ਨੂੰ ਇੱਕ ਵੱਡਾ ਹਲਾਰਾ ਜਿਹੜਾ ਹੈਗਾ ਅੱਜ ਪੰਜਾਬ ਦੇ ਵਿੱਚ ਮਿਲਿਆ ਕਿ ਆਪਦੇ ਆਪਦੇ ਤਰੀਕੇ ਦੇ ਨਾਲ ਲਗਾਤਾਰ ਸਮਰੱਥਾ ਦੇ ਮੁਤਾਬਕ ਪੰਜਾਬ ਦੇ ਵਿੱਚ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਪੁਰਾਣੀ ਪੈਨਸ਼ਨ ਨੂੰ ਲੈ ਕੇ, ਜਿਵੇਂ ਮੇਰੇ ਤੋਂ ਪਹਿਲਾਂ 2 ਸਾਥੀਆਂ ਨੇ, ਸਾਥੀ ਤਲਵਾੜਾ ਜੀ ਨੇ, ਸਾਥੀ ਸਰਾਭਾ ਜੀ ਨੇ ਕਿਹਾ ਕਿ ਅੱਜ ਇਸ਼ਰੂ ਭਵਨ ਲੁਧਿਆਣੇ ਦੇ ਵਿੱਚ ਇੱਕ ਬਹੁਤ ਅਹਿਮ ਮੀਟਿੰਗ ਜਿਹੜੀ ਹੋਈ ਹੈ ਜਿਹਦੇ ਵਿੱਚ ਤਿੰਨੇ ਜਥੇਬੰਦੀਆਂ ਇਹ ਸ਼ਾਮਿਲ ਹੋਈਆਂ। ਇਸ ਤੋਂ ਪਹਿਲਾਂ ਇਹ ਜਿਹੜੀ ਮੀਟਿੰਗ ਹੈ
ਇਹ ਦੂਜੇ ਪੜਾਅ ਦੀ ਮੀਟਿੰਗ ਹੈ। ਪਹਿਲੀ ਮੀਟਿੰਗ ਸਾਡੀ ਦੇਸ਼ ਭਗਤ ਹਾਲ ਜਲੰਧਰ ਚ ਹੋ ਚੁੱਕੀ ਹੈ। ਤਾਂ ਉਹ ਜਿਹੜੀ ਇੱਕ ਆਸ ਸੀ ਕਿ ਇੱਕ ਸਾਂਝੀ ਲੜਾਈ ਪੰਜਾਬ ਦੇ ਵਿੱਚ ਬਣੇ, ਉਹਨੂੰ ਅੱਜ ਬਿਲਕੁਲ ਲਾਰਾ ਮਿਲ ਚੁੱਕਿਆ ਤੇ ਉਹ ਸਾਂਝਾ ਫੋਰਮ ਵੀ ਬਣ ਚੁੱਕਿਆ ਹੈ, ਜਿਹਦਾ ਨਾਂ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਹੈ, ਜਿਹਦੇ ਵੱਲੋਂ 25 ਫਰਵਰੀ ਨੂੰ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਲਾਮਿਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹਦੀ ਕੋਈ ਗਿਣਤੀ ਨਹੀਂ ਰਹਿਣੀ ਤੇ ਜਿਹੜੀ ਉਹ ਗਿਣਤੀ ਇਹ ਤੋਂ ਪਰਿਆਂ ਦੀ ਗੱਲ ਤੁਸੀਂ ਬਣਾਉਣੀ ਹੈ। ਜੋ ਸਵਾਲ ਲੀਡਰਸ਼ਿਪ ਤੱਕ ਸੀ ਕਿ ਤੁਸੀਂ ਇਕੱਠੇ ਹੋਵੋ ਤੇ ਲੜਾਈ ਦਾ ਸੱਦਾ ਦਿਓ, ਤਾਂ ਉਹ ਅੱਜ ਫਰਜ਼ ਇਸ ਤਿੰਨੇ ਜ਼ਿੰਮੇਵਾਰ ਸਾਥੀਆਂ ਨੇ, ਇਹਨਾਂ ਦੀਆਂ ਸਟੇਟ ਬਾਡੀਜ਼ ਨੇ ਉਹ ਜ਼ਿੰਮੇਵਾਰੀ ਨਿਭਾਈ ਹੈ। ਹੁਣ ਇਹ ਜ਼ਿੰਮੇਵਾਰੀ ਪੰਜਾਬ ਦੇ 2 ਲੱਖ NPS ਮੁਲਾਜ਼ਮ ਨਿਭਾਉਣ ਕਿ ਹੁਣ ਕੋਈ ਸਵਾਲ ਨਹੀਂ, ਹੁਣ ਕੋਈ ਕਾਰਨ ਨਹੀਂ ਕਿ ਅਸੀਂ 25 ਫਰਵਰੀ ਨੂੰ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਸਵਾਲ ਕਰਨ ਨਾ ਪਹੁੰਚੀਏ ਕਿ ਤੁਹਾਡਾ ਨੋਟੀਫਿਕੇਸ਼ਨ 18 ਨਵੰਬਰ 2022 ਦਾ ਕਿੱਥੇ ਹੈ, ਸਾਡੀ ਪੁਰਾਣੀ ਪੈਨਸ਼ਨ ਕਿੱਥੇ ਹੈ। ਉਸ ਨੂੰ ਲਾਗੂ ਕਰਾਉਣ ਦੇ ਲਈ ਅਸੀਂ ਹੁੰਮ ਹਮਾ ਕੇ ਪਰਿਵਾਰਾਂ ਦੇ ਸਮੇਤ ਅਸੀਂ ਉੱਥੇ ਆਈਏ। ਇੱਕ ਪੰਜਾਬ ਦੇ ਵਿੱਚ ਨਵੀਂ ਮੁਲਾਜ਼ਮ ਲਹਿਰ ਨੂੰ ਅੱਜ ਹਲਾਰਾ ਇਸਲੂ ਭਵਨ ਦੀ ਇਸ ਮੀਟਿੰਗ ਚੋਂ ਮਿਲਿਆ ਤੇ ਅਸੀਂ ਵੀ ਸਾਥੀ ਸੁਖਜੀਤ ਸਿੰਘ ਨੂੰ ਇਹ ਅਪੀਲ ਕਰਦੇ ਹਾਂ ਕਿ ਤੁਹਾਡੇ ਨਾਲ 13 ਤਰੀਕ ਤੋਂ ਪਹਿਲਾਂ ਵੀ, 13 ਤਰੀਕ ਨੂੰ ਵੀ ਤੇ ਉਸ ਤੋਂ ਬਾਅਦ ਵੀ ਲਗਾਤਾਰ ਸੰਪਰਕ ਦੇ ਵਿੱਚ ਇਹ ਚਾਹੁੰਦੇ ਸੀ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਦਾ ਜਿਹੜਾ ਵੀ ਸੱਦਾ ਹੈਗਾ ਉਹ 4 ਜਥੇਬੰਦੀਆਂ ਵੱਲੋਂ ਪਹੁੰਚੇ, ਪਰ ਜੇ ਅੱਜ 3 ਵੱਲੋਂ ਵੀ ਆਇਆ ਤਾਂ ਅਸੀਂ ਇਸ ਨੂੰ ਇਸਦੇ ਦਰਵਾਜ਼ੇ ਬੰਦ ਨਹੀਂ ਕੀਤੇ। ਤੁਹਾਡੇ ਲਈ, ਤੁਹਾਡੇ ਸਾਰੇ ਸੰਘਰਸ਼ਿਤ ਸਾਥੀਆਂ ਦੇ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਵੀ ਇਸ ਸਾਂਝੇ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤੇ 25 ਫਰਵਰੀ ਦੀ ਲੜਾਈ ਨੂੰ ਤੁਸੀਂ ਵੀ ਤਕੜਾ ਕਰੋ। ਪਰ ਅਸੀਂ ਹੁਣ ਇਹ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ NPS ਮੁਲਾਜ਼ਮਾਂ ਨੂੰ ਦੇਣ ਜਾ ਰਹੇ ਹਾਂ ਕਿ 10 ਤੇ 11 ਨੂੰ ਜਿਹੜੀਆਂ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਹੋਣਗੀਆਂ ਉਹਨਾਂ ਨੂੰ ਵੀ ਸਫਲ ਕਰੋ ਤੇ ਇਸੇ ਤਰ੍ਹਾਂ 25 ਫਰਵਰੀ ਨੂੰ ਇੱਕ ਲਾਮਿਸਾਲ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਦਾ ਜਿਹੜਾ ਹੈਗਾ ਇੱਕ ਨਾਰਾ ਵਜੇ, ਉਸ ਨੂੰ ਇੱਕ ਹਲਾਰਾ ਮਿਲੇ ਤੇ ਪੁਰਾਣੀ ਪੈਨਸ਼ਨ ਦੀ ਲੜਾਈ ਨੂੰ ਅਸੀਂ ਤਕੜਾ ਕਰਕੇ ਹਾਸਲ ਕਰਕੇ ਰਹਾਂਗੇ। ਤਾਂ ਸਾਰੇ NPS ਮੁਲਾਜ਼ਮਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਤੇ ਇਹ ਜਥੇਬੰਦੀਆਂ ਨੂੰ ਮੁਬਾਰਕਬਾਦ ਕਿ ਉਹਨਾਂ ਨੇ ਪਹਿਲਕਦਮੀ ਲੈ ਕੇ ਅੱਜ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦਾ ਗਠਨ ਕੀਤਾ ਤੇ ਅੱਗੇ ਸੱਦੇ ਦਿੱਤੇ ਨੇ। ਧੰਨਵਾਦ। ਪੁਰਾਣੀ ਪੈਨਸ਼ਨ ਲਾਗੂ ਕਰੋ, ਪੰਜਾਬ ਸਰਕਾਰ ਮੁਰਦਾਬਾਦ। NPS ਕਟੌਤੀ।